बिस्मिल्लाह रहमान रहीम, अस्सलाम वालेकुम। कैसे हैं सब? उम्मीद करती हूँ अल्लाह के फजल करम और शुक्र के साथ सब ठीक हो। तो व्लॉग का करते हैं आगाज़। अच्छा जी, एक दा टाइम हो गया। मैं अच्छे काम देख लो, मैं इतना मना किया कि तुसी ना तो गर्मी बड़ी ते पंगा ना लियो। सो मैनू नींद आ गई, नया फातिमा में मैं सो गया सी। मैं घटा दा सी यार, इतनी गर्मी है, बीमार हो जाएगी फायदा। ਤੈਨੂੰ ਪਤਾ ਤਬੀਅਤ ਮੇਰੀ ਅੱਗੇ ਨਹੀਂ ਠੀਕ ਹੈ, ਐਵੇਂ ਬੁਖਾਰ ਹੋ ਜਾਏ, ਗਰਮੀ ਨਾਲ ਫਾਇਦਾ ਹੈਗਾ ਕੋਈ? ਜਾਂ ਤਾਂ ਸ਼ਾਮੀ ਇਹ ਸਾਨੂੰ ਸ਼ਾਮੀ ਧੋ, ਮੈਂ ਤੁਹਾਨੂੰ ਧਵਾ ਦਿੰਦਾ। ਨਹੀਂ ਧੁੱਪ 'ਚ ਕੌਣ ਧੁੱਪ 'ਤੇ ਚੜੇ ਯਾਰ। ਉਹ ਸਾਹਮਣੇ ਦੇਖ ਲਾ, ਉਹ ਇੱਕ ਪੇੜ ਲੱਗਦਾ ਪਿਆ ਅਤੇ ਦੋ ਫੇਰੇ ਲੱਗਿਆ ਪਿਆ, ਤਿੰਨ ਪੇੜਾ, ਪਰ ਖੁਦਾ ਨਾ ਖਾਸਾ ਤ੍ਰੈਸ਼ ਦਾ ਮੂੰਹ ਐਵੇਂ ਲੱਗ ਗਿਆ। ਤੁਹਾਡੀ ਸਾਰੀ ਮਿਹਨਤ ਬੇਕਾਰ ਜਾਣੀ ਆ। ਕੁੱਟੂਗੇ ਨਹੀਂ, ਅੱਲਾ ਦੇ ਅੱਗੇ ਬੰਦੇ ਦੀ ਕਿਹੜੀ ਮਰਜ਼ੀ, ਅੱਲਾ ਦੀ ਮਰਜ਼ੀ ਕਰਵਾ, ਇਹਨੂੰ ਰੁੱਖ ਹੋਇਆ ਦੇਣ ਲੱਗ ਜਾਣੀ ਆ। ਇਹ 'ਚ ਕਿਹੜਾ ਗੁੱਸਾ ਗਿੱਲੀ ਵਾਲੀ ਗੱਲ ਆ। ਉੱਧਰ ਬੈਜੂਏ ਨੇ ਸੁਰਾ ਚਲਾਇਆ ਹੋਇਆ, ਬੈਜੂਏ ਸਾਹਮਣੇ ਉਹ ਪਾਣੀ ਲਗਾ ਰਹੇ ਆ। ਕਿਤਨੇ ਕੈਰੇ ਰਹਿ ਗਏ ਬਾਈ ਦੇ? ਇੱਕ ਦੋ ਤਿੰਨ ਚਾਰ ਕੈਰੇ ਰਹਿ ਗਏ ਪਿਛਲੇ ਵਾਲੇ। ਕਿਸ ਨਾ ਕਿਸੇ ਸਿਆਣ 'ਤੇ ਲੱਗਣੀ ਹੈ ਨਾ, ਜਿਹੜੀ ਸਿਆਣ ਮਰਜ਼ੀ ਲੱਗ ਜਾਏ। ਚਲੋ ਜੀ, ਧੁੱਪ ਗਿਆ ਧੁੱਪ ਗਿਆ। ਪਲੇਟਾਂ ਨੇ ਧੋਤੀਆਂ ਆਪਣੀਆਂ, ਪਲੇਟਾਂ ਨੇ ਧੋਤੀਆਂ ਆਪਣੀਆਂ। ਕੁਛ ਨਹੀਂ ਹੁੰਦਾ, ਹਾਂ ਧੋ ਦੇ ਤੂੰ। ਨਹੀਂ ਕੁਛ ਨਹੀਂ ਹੁੰਦਾ, ਲੱਛੀਆਂ ਕਰੇਗਾ, ਲਾਜਾਂਗੀਆਂ ਕਰੇਗਾ। ਇਹ ਮਿੱਟੀ ਮੈਂ ਤਾਂ ਪਾਈ ਸੀ, ਮਕਾਨ 'ਚ ਆਉਂਦੇ ਨਹੀਂ ਇਹਨੂੰ, ਜਿਹੜੇ ਦਰਜਾ ਵਗੈਰਾ ਹੁੰਦੇ ਆ, ਕੀੜੀਆਂ ਛੇੜੀਆਂ ਆਉਂਦੀਆਂ, ਕੀੜੀਆਂ ਦੀਆਂ ਉਹ 'ਚ ਪੈ ਜਾਂਦੀ ਹੈ। ਇਹ ਦੇਖੋ ਵੀ ਹੀਰਾ ਆਪਣੀ ਚਾਚੀ ਦੀ ਹੈਲਪ ਕਰਦੀ ਪਈ ਹੈ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਉੱਧਰ ਇੱਥੋਂ ਇਹਨੇ ਛਾਪਰ ਖਿੱਚਿਆ ਪੇਪਰ ਨਾਲ, ਅਤੇ ਉਹ ਪਰਲਾ ਫਿਆਸ ਦੇ ਕਮਰੇ 'ਚ ਜਾ ਕੇ ਛਾਪ ਛੱਡ ਕੇ ਪੇਪਰ ਵਾਪਸ ਗਈ। ਉਹ ਲੈ ਗਈ ਫਿਆਜ਼ ਨੇ, ਇਹਨੇ ਵਿਹੜੇ ਚੱਕਿਆ ਪੇਪਰ ਨਾਲ ਛਾਪ। ਫਿਆਜ਼ ਉਹ ਹੀਰਾ ਕੋਈ ਇੱਕ ਮਿੰਟ ਯਾਰ, ਨਾਇਕ ਫਿਆਜ਼ ਨਾਇਕ ਕੋਈ ਯਾਰ। ਮੈਂ ਕੰਮ ਕਰ ਸਕਦੀ ਹਾਂ, ਤੇਰਾ ਵਧਾ ਨਾ ਗਿਆ। ਐਂ ਜਾ ਨਾ ਚੱਕੀ ਯਾਰ, ਸੌ ਰਹੀ ਆ। ਕੋ ਫਾਇਦਾ ਹੋਇਆ ਵੀ ਧੁੱਪ ਸੜਨ ਦਾ? ਆਹ ਦੇਖੋ ਮਾਸ਼ਾ ਛੋਟੂ ਸ਼ੇਰ ਮੇਰਾ, ਇਹਦਾ ਬੇਟਾ, ਇਹਦਾ ਬੇਟਾ ਗੰਮੀ ਹੋ ਰਿਹਾ ਜਾ ਮੈਂ ਛੋਨਾ। ਤੇਰੀ ਚਾਚੀ ਨੂੰ ਸਕੂਨ ਹੈ, ਤੈਨੂੰ ਵੀ ਸਕੂਨ ਹੈ ਨਹੀਂ ਆ? ਉਹ ਟੁੱਟ ਗਿਆ ਫਿਰ। ਓ ਲੋ ਜੀ, ਬਾਹਰ 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 ਲੈ ਕੇ ਬਾਹਰ ਪੁੱਤ, ਗੁੱਸੇ ਨਹੀਂ ਹੋਣਾ, ਮੈਂ ਨਾ ਉਹਨੂੰ ਬਾਹਰ ਲੈ ਕੇ ਚਲੋ ਮੇਰਾ ਪੁੱਤ। ਇਹ ਵੇਪਰ ਫੜੇ ਨੇ, ਉਹ ਫੜ ਲੈ ਜਾ ਕੇ ਨਵਾਂ, ਕਿਉਂਕਿ ਜਿਹੜਾ ਹੈਗਾ ਲੱਗੀ ਰਹਿਣ ਦੋ। ਇਧਰ ਲੋ, ਇਧਰ 2 ਵਜੇ ਦੋ, 2 ਵਜੇ ਇਧਰ 2 ਵਜੇ।
शाबाश, बड़ी अच्छी गुड़ी है। पीछे पीछे ਮੈਂ ਵੈਸੇ ਉਹ ਸਦਕੇ ਜਾ ਮੈਂ ਉਹ ਡਰ ਗਈ ਮੈਂ ਵੈਸੇ ਤੂੰ ਮੈਂ ਤੀਰੇ ਡਰਾ ਖੜਾ ਦਿੱਤਾ ਔਰ ਹੁਣ ਆ ਮੈਂ ਪਰ ਅੰਦਰ ਆ ਗਿਆ ਹੁਣ ਯਾਰ ਅੰਦਰ ਆ ਗਿਆ ਹੁਣ ਕੋਈ ਗੱਲ ਨੀ ਕੋਈ ਗੱਲ ਨੀ ਚਾਚੀ ਮੈਂ ਤੇਰੀ ਧੀ ਨੀ ਛੇ ਆਉਂਦੇ ਆ ਫਿਰ ਖੈਤ ਦੇਣੀ ਪੈਂਦੀ ਹੈ ਕੋਈ ਗੱਲ ਨਹੀਂ ਇੱਥੇ ਰੱਖ ਦਿੱਤਾ ਮੈਂ ਧੋ ਦੇ ਨਾਲ ਲਾਦਾ ਉਹ ਸਾਫ ਕਰਨ ਜਗ੍ਹਾ ਨਾ ਮੈਂ ਪਤਾ ਧੋਦਾ ਛੇ ਕਰਦਾ ਧੁੱਪ ਥੋੜ੍ਹਾ ਕਰਦਾ ਇਹਨੂੰ ਚਮਕਾ ਦੋ ਇਹਨੂੰ ਵੀ ਇੱਧਰ ਆ ਦੇਖੋ ਇਹ ਕਰਕੇ ਮੈਨੂੰ ਨੀਚੇ ਛੋੜ ਦਿਓ ਖਰਾਬ ਹੋ ਗਿਆ ਤੇ ਨੇਰੀ ਜਾਂ ਆਈ ਲਿਆ ਤੁਸੀਂ ਨੇਰੀ ਫੇ ਵੜ ਜਾਣੀ ਹੈ ਨੇਰੀ ਆਉਣੀ ਦੇਰ ਆ ਨੇਰੀ ਆਈ ਤੇ ਕੰਮ ਆਈ ਹੋ ਜਾਣਾ ਮੈਂ ਦੁਆ ਕਿਉਂ ਕਰਾਂਗਾ ਮੌਸਮ ਦੱਸਦਾ ਪਿਆ ਉੱਪਰੋਂ ਚਲੋ ਅੱਲਾ ਕਰੇ ਨਾ ਆਏ ਸਟੇ ਕਹਿੰਦੇ ਨਾ ਆਏ ਤੁਸੀਂ ਭਾਈ ਇਤਨੀ ਮਿਹਨਤ ਕੀਤੀ ਹੋਈ ਹੈ ਨੇਰੀ ਨਾ ਆਵੇ ਬਿਹਤਰ ਅੱਛਾ ਮੌਸਮ ਦੇਖ ਕੇ ਐਸਾ ਲੱਗਦਾ ਕਿ ਬਾਰਿਸ਼ ਜਾਂ ਬੱਦ ਆ ਜਾਏਗਾ ਕਰ ਲਓ ਭਾਈ ਪੱਠੇ ਕੁੱਤਰ ਪੈ ਗਿਆ ਮੈਂ ਪੱਠੇ ਕੁੱਤਰ ਲੱਗਾ ਫਿਰ ਮੈਂ ਇੱਕ ਮਿੰਟ ਲਾ ਕਰ ਲਓ ਮੈਂ ਪੱਠੇ ਕੁੱਤਰ ਚਲਾ ਸਾਰਾ ਦਿਨ ਤੁਸੀਂ ਥੱਕ ਗਏ ਹੈ ਕੰਮ ਕਰ ਕਰਕੇ ਹੈ ਕੁਛ ਅੰਦਰ ਵਾਲਾ ਅੱਜ ਕਰ ਲੈਣਾ ਸਹਿਣ ਵਾਲਾ ਕਾਹਲੂ ਕਰ ਲੈਂਦੇ ਕੁਛ ਜਾਂ ਛੱਤਾਂ ਵਾਲਾ ਤੁਸੀਂ ਅੱਜ ਰਹਿ ਲੈਣੇ ਤੁਸੀਂ ਅੱਜ ਛੱਤਾਂ ਵਾਲਾ ਕੰਮ ਕਰ ਲੈਣਾ ਜਿਹਨੇ ਕਾਹਲੂ ਅੱਜ ਤੁਸੀਂ ਛੱਤ ਵਾਲਾ ਕੰਮ ਕਰ ਲੈਂਦੇ ਕਾਹਲੂ ਇਹ ਕਰ ਲੈਂਦੇ ਸੌਖੇ ਰਹਿੰਦੇ ਅੱਛਾ ਜੀ ਮੈਨੇ ਇਸਕੀ ਨਾਈ ਕਰਵਾਈ ਹੈ ਦੇਖੇ ਇਸਕੇ ਕੰਮ ਨਹੀਂ ਟੱਪ ਸੇ ਨਿਕਲ ਨਹੀਂ ਰਹੀ ਭਾਬੀ ਵਾਸਤੇ ਸਵਿਮਿੰਗ ਪੂਲ ਉਹਦੇ ਪੁੱਛਿਆ 6500 ਦਾ 6500 ਦਾ ਵੱਡਾ ਛੋਟਾ ਇੱਕ 3500 ਦਾ ਇੱਕ 2500 ਦਾ ਅਤੇ ਜਿਹੜਾ ਏਡਾ ਟੱਪ ਜਾਣਾ ਸੀ ਉਹ 1500 ਦਾ ਉਹ ਜਿਹੜਾ ਟੱਪ ਜਾਣਾ ਸੀ ਉਹ ਮੈਂ ਲੈ ਲੈਣਾ ਸੀ ਲੇਕਿਨ ਉਹ ਹੈ ਨਹੀਂ ਸੀ ਬਸ ਆਹ ਠੀਕ ਨੇ ਉਹ ਤਾਂ ਬਸ ਲੈ ਕੇ ਪੁੱਛ ਕੇ ਆਈ ਮੈਂ ਕਿਹਾ ਟੱਪ ਹੀ ਠੀਕ ਨੇ ਫਿਰ ਹਾਂ ਉਹ ਵੈਸੇ ਵਿੱਚੋਂ ਨਾਲੇ ਉਹ ਵੀ ਰਬੜ ਜਿਹਾ ਤਿਲਕਣਾ ਹੁੰਦਾ ਕਿਤੇ ਉਹ ਸਲਿਪ ਨਾ ਹੋ ਜਾਣ ਬੱਚੇ
ਨਾ ਫਾਤਮਾ ਨਾਇਆ ਹਾਂਜੀ ਬਸ ਕਰੋ ਅਬ ਕਿਤਨੇ ਖੁਸ਼ ਹੈ ਜੀ ਅੱਛਾ ਜੀ ਇਹ ਨਾ ਪਾਣੀ ਬਾਹਰ ਗਿਰਾ ਰਹੀ ਹੈ ਤੋ ਹੀਰਾ ਆ ਗਿਆ ਹਾਥ ਕਰ ਰਹੀ ਥੀ ਐਸੇ ਕਿ ਪਾਣੀ ਮੈਂ ਆਪਣੇ ਟੱਪ ਮੇ ਡਾਲ ਲੂੰ ਅਬ ਮੈਂ ਆਟਾ ਗੂੰਦ ਲੂੰ ਅੱਛਾ ਜੀ ਅੱਜ ਸੀ ਚਾਰ ਪੈ ਬਾਹਰ ਪਛਾਣ ਲੱਗੇ ਕਿਉਂਕਿ ਅੰਦਰ ਬਹੁਤ ਜ਼ਿਆਦਾ ਠੰਡੀ ਅੰਦਰ ਕੂਲਰ ਹੀ ਲੱਗਾ ਹੋਵੇ ਨਾ ਹਾਂਜੀ ਇਸ ਲਈ ਮੈਂ ਕਿਹਾ ਚਲੋ ਬਾਹਰ ਚਾਰ ਐਂ ਕਰ ਲਓ ਆਤੀ ਰਾਣੀ ਕਹਿੰਦੇ ਮੈਨੂੰ ਮੰਜੀ ਛੋੜ ਲਓ ਪਾਪਾ ਪਾਪਾ ਮੈਸੀ ਹਾਂਜੀ ਪਾਪਾ ਹਾਂਜੀ ਬੇਟਾ ਪਾਪਾ ਦੀ ਜਾਨ ਪਾਪਾ ਤੇ ਲੈ ਚਲੋ ਇਹ ਵਿਛਾ ਲਓ ਮੈਨੂੰ ਪਤਾ ਥੋੜ੍ਹਾ ਵੈਸੇ ਇਸ ਕਮਲ ਦਾ ਦਿਲ ਬੇਈਮਾਨ ਹੋਇਆ ਤਾਂ ਅਸੀਂ ਵਿਛਾ ਲਓ ਤੁਹਾਤੋਂ ਕਮਲ ਚੰਗਾ ਮੈਂ ਹੋਰ ਲਿਆ ਦਾਂਗਾ ਤੁਹਾਨੂੰ ਪਾ ਲਓ ਪਾ ਲਓ ਪਾਉਣੇ ਵਾਸਤੇ ਇਸਤੇਮਾਲ ਕਰਨ ਵਾਸਤੇ ਹੀ ਆ ਮੁੜ ਕੇ ਚੇਂਜ ਕਰ ਲਓ ਮੇਰੇ ਤੇ ਪਾ ਲਓ ਤੁਸੀਂ ਪਾ ਲਓ ਦੇਖੋ ਜੀ ਆਹ ਦੇਖੋ ਜੀ ਮੈਨੂੰ ਪਤਾ ਸੀ ਗੱਲ ਇਹੀ ਵਿੱਚੋਂ ਨਾਲੇ ਵੈਸੇ ਅੱਛੇ ਵਾਲਾ ਕੰਬਲ ਲੈ ਕੇ ਆਇਆ ਉਹ ਅੱਛੇ ਵਾਲਾ ਕੰਬਲ ਆ ਵੀ ਉਹਦਾ ਉਹ ਪਛਾਇਆ ਸੀ ਉਹ ਜ਼ਿਆਦਾ ਅੱਛਾ ਰਹਾ ਅਤੇ ਆਪਣੀ ਜਗ੍ਹਾ ਠੀਕ ਹੋ ਆਪਣੀ ਜਗ੍ਹਾ ਠੀਕ ਹੈ ਇਹ ਪ੍ਰਾਈ ਮੋਟੀ 'ਚ ਆ ਲੈ ਕੇ ਤਾਂ ਮੈਂ ਹੀ ਹੈ ਨਾ ਹਾਂ ਚਲੋ ਕੋਈ ਨਹੀਂ ਮੈਨੂੰ ਕੋਈ ਹੋ ਵਿਛਾ ਦਿਓ ਮੈਂ ਸਰਾਣਾ ਉਹ ਤੁਸੀਂ ਸੁੱਚੇ ਲੈਣਾ ਕਿ ਨਾ ਮੈਂ ਤਾਂ ਵਾਈਟ ਸਰਾਣਾ ਲੈਣੇ ਉਹ ਵਾਈਟ ਹੋ ਤੇ ਜਿਹੜਾ ਕਾਫੀ ਘਰ ਵੀ ਉਹ ਤੇ ਨਾ ਅੱਜ ਲੰਮੀ ਦਾ ਵਾਈਟ ਕੰਬਲ ਲੈ ਕੇ ਆਇਆ ਨਾ ਮੈਂ ਜਿਹੜਾ ਲਵਾਇਆ ਸੀ ਮੇਰੇ ਕੋਲ ਅੱਛਾ ਕੰਬਲ ਲੈ ਕੇ ਤੇ ਕਾਫੀ ਘਰ ਵੀ ਨੇ ਕਿ ਤੁਸੀਂ ਪਾਗਲ ਹੋ ਮਤਲਬ ਆ ਜਿਹੜੇ ਨਾ ਕੰਬਲ ਕੋਲ ਪਾਉਂਦਾ ਚਾਰ ਪਾਈਆਂ ਤੇ ਤੁਸੀਂ ਦੱਸੋ ਭਈਆ ਚਾਰ ਪਾਈਆਂ ਦੇ ਕੰਬਲ ਪਾ ਕੇ ਨਾ ਤੇ ਸੋਨੇ ਦਾ ਤੇ ਆਪਣੇ ਮਜ਼ਾ ਹੈ ਇਧਰ ਪਾਪਾ ਦੀ ਜਾਨ ਪਾਪਾ ਤੰਗ ਕੀਤੀ ਪਈ ਹੁਣ ਚੋਨੀ ਮੇਰੀ ਤਾਂ ਪਾਰੀ ਸੀ ਬੇਟੀ ਹੈ ਬੜੀ ਪਾਰੀ ਬੇਟੀ ਮਾਸ਼ਾਅੱਲਾ ਆ ਫੜ ਤੀ ਰਾਣੀ ਫੜ ਲੈ ਦੋ ਫੜ ਲਿਆ ਬੇਟਾ ਚਾਚੂ ਆ ਇਹ ਮੈਂ ਨਾਲ ਕਰ ਲਉਂਗਾ ਹਾਂਜੀ